ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼। ਅਸੀਂ ਪਹੁੰਚੇ ਗੁਰਦੁਆਰਾ ਪਿਪਲੀ ਸਾਹਿਬ ਪੁਤਲੀ ਘਰ। ਇਸ ਸਥਾਨ ਤੇ ਗੁਰਮਤ ਸਿਖਲਾਈ ਕੈਂਪ ਜੋ 1 ਮਹੀਨੇ ਤੋਂ ਚੱਲ ਰਿਹਾ, ਜਿਹੜੇ ਬੱਚਿਆਂ ਨੇ ਗੁਰਮਤ ਸਿਖਲਾਈ ਕੈਂਪ ਵਿੱਚ ਭਾਗ ਲਿਆ ਉਹਨਾਂ ਨੂੰ ਸ਼ੀਲਡਾਂ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਇਸ ਸੰਬੰਧ ਵਿੱਚ ਗੁਰਦੁਆਰਾ ਪਿਪਲੀ ਸਾਹਿਬ ਜੀ ਦੇ ਕਥਾਵਾਚਕ ਜੀ ਨੇ ਕੀ ਕਿਹਾ, ਸੁਣੋ ਉਹਨਾਂ ਦੀ ਜ਼ੁਬਾਨੀ ਗੁਰਮਤ ਸਿਖਲਾਈ ਬਾਰੇ। ਭਾਈ ਅਮਰੀਕ ਸਿੰਘ, ਕਥਾਵਾਚਕ ਗੁਰਦੁਆਰਾ ਪਿਪਲੀ ਸਾਹਿਬ। ਗੁਰਦੁਆਰਾ ਪਿਪਲੀ ਸਾਹਿਬ ਵਿਖੇ ਗੁਰਮਤ ਕੈਂਪ ਪਿਛਲੀ ਮਈ ਮਹੀਨੇ ਦੀ 22 ਤਰੀਕ ਤੋਂ ਚੱਲ ਰਿਹਾ ਸੀ, ਜਿਸ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ, ਗੁਰ ਇਤਿਹਾਸ, ਪੰਜਾਬੀ ਲਿਖਾਈ, ਪੰਜਾਬੀ ਪੜ੍ਹਨੀ ਅਤੇ ਨਾਲ ਹੀ ਸਰੀਰਕ ਅਭਿਆਸ ਕਰਵਾਏ ਜਾਂਦੇ ਸੀ। ਬੱਚਿਆਂ ਦੇ ਵਿੱਚ, ਮਾਪਿਆਂ ਦੇ ਵਿੱਚ, ਅਧਿਆਪਕਾਂ ਦੇ ਵਿੱਚ ਬਹੁਤ ਵਧੀਆ ਉਤਸ਼ਾਹ ਰਿਹਾ। ਉਹਨਾਂ ਨੇ ਗੁਰਬਾਣੀ, ਪੰਜਾਬੀ ਬਹੁਤ ਲਗਨ ਨਾਲ ਸਿੱਖੀ। ਅਧਿਆਪਕ ਜਿਹੜੇ ਸੀ ਉਹ ਬੜੇ ਸੁਚੱਜੇ ਢੰਗ ਨਾਲ ਉਹਨਾਂ ਨੇ ਸੇਵਾਵਾਂ ਕੀਤੀਆਂ। ਗੁਰਦੁਆਰਾ ਪ੍ਰਬੰਧ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ, ਹਰ ਤਰ੍ਹਾਂ ਦਾ ਸਹਿਯੋਗ ਕੀਤਾ ਗਿਆ। ਇਸ ਕਰਕੇ ਇਹ ਸਾਰਾ ਜਿਹੜਾ ਕਾਰਜ ਸੀ, ਅੱਜ 30 ਜੂਨ ਹੈ, ਕੱਲ੍ਹ 1 ਜੁਲਾਈ ਨੂੰ ਸਕੂਲ ਜਿਹੜੇ ਆਰੰਭ ਹੋਣੇ ਹਨ। ਅਤੇ ਜਿਹੜੇ ਸਾਡੇ 4 ਪੇਪਰ ਲਏ ਗਏ ਸੀ, ਇੱਕ ਲਿਖਤੀ ਪੇਪਰ ਸੀ, ਇੱਕ ਪੰਜਾਬੀ ਪੜ੍ਹਨ ਦਾ ਸੀ, ਇੱਕ ਗੁਰਬਾਣੀ ਸੁਣਨ ਦਾ ਸੀ, ਉਸ ਤੋਂ ਇਲਾਵਾ ਇੱਕ ਪੇਪਰ ਜਿਹੜਾ ਸੀ ਉਹ ਸਾਡੇ ਸਰੀਰਕ ਕਸਰਤਾਂ ਦਾ ਸੀ। ਉਹ ਸਾਰੇ ਪੇਪਰਾਂ ਦੇ ਵਿੱਚ ਜਿਹੜੇ 1, 2, 3 ਦਰਜੇ ਦੇ ਵਿਦਿਆਰਥੀ ਆਏ ਉਹਨਾਂ ਦਾ ਜੀ ਸਨਮਾਨ ਕੀਤਾ ਗਿਆ। ਤਾਂ ਕੱਲ੍ਹ ਨੂੰ ਸਕੂਲ ਲੱਗ ਜਾਣੇ ਨੇ ਅਤੇ ਵਿਦਿਆਰਥੀ ਸਕੂਲਾਂ 'ਚ ਜਾਣਗੇ। ਉੱਦਾਂ ਗੁਰਦੁਆਰਾ ਪਿਪਲੀ ਸਾਹਿਬ ਲਗਾਤਾਰ ਕਲਾਸ ਇਹੋ ਜਿਹੀ ਵੀ ਲੱਗਦੀ ਆ ਜਿਹਦੇ ਵਿੱਚ ਵਿਦਿਆਰਥੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਵੀ ਕੁਝ ਕੁ ਵਿਦਿਆਰਥੀ ਲਗਨ ਰੱਖਦੇ ਆ ਜਿਹੜੇ ਕਲਾਸ ਕਰਕੇ ਜਾਂਦੇ ਹਨ। ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੋ ਆ ਕੇ ਇੱਥੋਂ ਦੀ ਰਿਕਾਰਡਿੰਗ ਜਿਹੜੀ ਆ ਤੁਸੀਂ ਕੀਤੀ ਆ। ਭੁੱਲ ਚੁੱਕ ਦੀ ਖਿਮਾ, ਸਾਰਿਆਂ ਦਾ ਧੰਨਵਾਦ।